ऐसा कोई पेट संत ऐसा कोई पेट संत ऐसा हरे 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 ते आइए जित हरे 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 ते आइए ऐसा कोई पेट संत जित हरे 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 ते आइए हरे 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 शब्द तुहाडे हत्थां च है, दर्शन करके पढ़ना चाहिए शब्द का। और पन्ना इहदा है 1005 101005 ते 1006। देखो हजारां सफियां च सानू ज्ञान दिता है, गुरुआं ने किड्डी मेहनत कीती है। और ये जिहड़ा शब्द है ये पिछे देखो जिथे खत्म हुंदा 3 digits लिखे है, चौका छेवां 22 उस राग का जिथों तुरदा 22वां शब्द है। और छेवां इसे स्टाइल के पिछे 6 शब्द आ चुके हैं। और चौका तां लिखिया 4 stanzas का शब्द है, 4 बंदां का। किन्ना गुरु अर्जन पातशाह रब नाल मिले हुए और इन्ने शब्द दे के फिर गिणती कराते होने सिख, ये ज्ञान कि नहीं दिता इन्ना, इन्नी मेहनत गुरु रब ना मिले हुए इधर ध्यान दे सकते हैं और सिख नहीं शब्द में ध्यान दे सकता। इस करके अनेरगर्दी क्यों मची है, ये सारिया प्रॉब्लम क्यों खड़िया हो रही, किसी शांति क्यों नहीं आ रही, क्यों इन्नी संत नवी वधदी जांदी और सिखी इन्नी रौला पा रही है। हुण इहो गल है जदों पंजाब दे विच जिमीदार तंग हो गए सी, उस वेले गीत निकलिया सी पंजाब, पगड़ी संभाल जट्टा पगड़ी संभाल ओए तेरा लुट लिया माल ओए। पंजाब दा वेला ओ है, हुण बोला उठेगा शब्द संभाल सिंगा शब्द संभाल, शब्द दे मुताबक करो अपने आप नूं और बाकियां नूं भी प्यार दे नाल शब्द समझना सीखी गए। जे सिख शब्द नहीं संभालणगे जिहड़ी इन्नी मेहनत ने सानू दिते है, इस करके शब्द सब तो वड्डी चीज़ है जिहड़ी किसी युग च नहीं आए। शब्द हैरानगी की गल नहीं भी कोई सतयुग का शब्द नहीं है, त्रैते का शब्द नहीं है, दुआपर कहानियां बथेरियां बोल हो गए शब्द नहीं होणगे किसी भी वक्त। ये कलयुग च शब्द आए हैं, जिन्ना नंगा नाच शब्द जिन्ना नंगा नाच कलयुग का हो रहा वो मुकाबले ते शब्द इन्ने आए। इस करके जोड़े शब्द है और गुरमुखी लिपि चाहे किडे साढ़े पंजाबियों के भाग है। और कभी ना कभी सारी दुनिया इस ग्यान दिया ट्रांसलेशन कि इस ज्ञान ना
ਸਾਰੀਆਂ ਕੌਮਾਂ ਬਚਣਗੀਆਂ ਔਰ ਆਪਣੇ ਆਪਣੇ ਮਜ਼ਹਬ ਨੂੰ ਇਸੇ ਤਰ੍ਹਾਂ ਉਹਨਾਂ 'ਚ ਵੀ ਨਹੀਂ ਇਹ ਚੀਜ਼ ਸੰਭਾਲੀ ਜਾ ਰਹੀ, ਉਹਨਾਂ 'ਚ ਵੀ ਸ਼ਰ੍ਹਾਂ ਅੱਗੇ ਹੈ ਔਰ ਸਭ ਚੀਜ਼ਾਂ ਅੱਗੇ ਆ, ਅਸਲ ਗਿਆਨ ਜੋ ਉਹਨਾਂ ਦਾ ਉਹ ਪਿੱਛੇ ਹੈ। ਇਸ ਕਰਕੇ ਸਾਡੇ ਜਿਹੜੇ ਸ਼ਬਦ ਹੈ ਉਹ ਸਾਨੂੰ ਰਾਸਤਾ ਦੱਸਣਗੇ ਵੀ ਸਿੱਖੀ 'ਚ ਮਾਰਗ ਕੀ ਹੈ, ਔਰ ਸਾਰਾ ਮਾਰਗ ਹੈ ਹੀ ਬਾਕੀ ਨਹੀਂ ਹੈ ਕਿ ਪੋਲੀਟਿਕਸ ਦਾ ਮਾਰਗ ਜਾਂ ਕਿਸਾ ਗੋਬਿੰਦ ਜੀ ਦਾ ਮਾਰਗ ਦਿਓ ਜੀ ਦਵਾ, ਸਾਡੇ ਸਾਰਾ ਰਾਸਤਾ ਇਹ ਦੱਸਣਗੇ। ਇਸ ਕਰਕੇ ਸ਼ਬਦ ਸੰਭਾਲਣ ਦੀ ਲੋੜ ਹੈ। ਤੋ ਆਹ ਅਸੀਂ ਸ਼ਬਦ ਲੈ ਰਹੇ ਹਾਂ ਮਾਰੂ ਮਹੱਲੇ ਪੰਜਵੇਂ ਦਾ, ਵੀ ਕੋਈ ਐਸਾ ਸੰਤ ਮੈਂ ਕਿਹੜਾ ਭੇਟਾਂ ਜਿਹਦੇ ਨਾਲ ਮੈਂ ਨਾਮ ਹੀ ਜਪੀ ਚੱਲਾਂ ਹਰ 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 ਹਰ, ਜਿੱਥੇ ਵਾਰੀ ਇੱਕ ਵਾਰੀ ਪਰਮੇਸ਼ਰ ਦਾ ਨਾਮ ਰਿਪੀਟ ਹੋ ਜਾਵੇ ਇੱਕ ਤੋਂ ਵੱਧ ਵਾਰੀ, ਉਹ ਜਪਣਾ ਲਿਸ਼ਾਰਾ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਹੈ। ਇੱਕ ਤੋਂ ਵੱਧ ਵਾਰੀ ਜਿੱਥੇ ਪਰਮੇਸ਼ਰ ਦਾ ਨਾਮ ਰਿਪੀਟ ਹੋ ਜਾਵੇ ਉਹ ਜਪਣਾ ਲਿਸ਼ਾਰਾ ਹੈ। ਇਸ ਕਰਕੇ ਇੱਥੇ ਤਿੱਤੇ ਆਉਣ ਦੀ ਅਵਸਥਾ ਤੱਕ ਪਹੁੰਚਣਾ ਪੈਣਾ ਹੈ। ਇਸ ਕਰਕੇ ਕੋਈ ਵੀ ਨਾਮ ਜਪ ਲਓ, ਇੱਕੋ ਜਿਹੀ ਤਾਕਤ ਆ, ਪਰ ਨਾਮ ਪਰਮੇਸ਼ਰ ਦਾ ਹੋਵੇ। ਨਰੋਲ ਕੇਵਲ ਨਾਮ ਜਪੋ ਰੇ ਪ੍ਰਾਣੀ, ਪਰਮੇਸ਼ਰ ਦਾ ਨਾਮ ਹੋਵੇ, ਦੇਵਤੇ ਦਾ ਨਾਮ ਨਾਮ ਨਾ ਹੋਵੇ, ਕਿਸੇ ਗੁਰੂ ਦਾ ਨਾਮ ਨਾ ਹੋਵੇ, ਕਿਸੇ ਬੰਦੇ ਦਾ ਨਾਮ ਨਾ ਹੋਵੇ, ਕਿਸੇ ਤੀਵੀਂ ਦਾ ਨਾਮ ਨਾ ਹੋਵੇ, ਕਿਸੇ ਇਸ ਹੋ ਕੀ ਰਿਹਾ ਹੈ। ਸਾਡੇ ਹੁਣ ਵੀ ਜਪੇ ਜਾ ਰਹੇ, ਲੇਕਿਨ ਆਦਰ ਯੋਗ ਨੇ ਸਾਡੇ 'ਚ ਹੁਕਮ ਹੈ ਆਪਣੇ ਆਪਣੇ ਗੁਰੂ ਦਾ, ਜਿਹੜਾ ਪਰਮੇਸ਼ਰ ਦਾ ਨਾਮ ਆ ਉਹ ਜਪੋ। ਇਸ ਕਰਕੇ ਉਹ ਬਾਕੀ ਬੋਲ ਵਿਗਾੜ ਹੋ ਜਾਂਦਾ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਮੂਰਖਾਂ ਦੀ ਟੀਮ ਦਾ ਕੈਪਟਨ, ਸਿਰ ਗੁਵਾਰਾਂ ਸਿਰ ਗੁਵਾਰ। ਇਸ ਕਰਕੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਹੀ ਜਦੋਂ ਰਿਪੀਟ ਹੋ ਜਾਵੇ ਇੱਕ ਤੋਂ ਵੱਧ ਵਾਰੀ, ਆਪਣੇ ਆਪਣੇ ਗੁਰੂ ਦਾ ਮੰਤਰ ਜਪਣ ਵਾਲਾ ਇਸ਼ਾਰਾ ਹੈ, ਔਰ ਉਹ ਸੰਤ ਦੇ ਤੱਤੇ ਨੂੰ ਔਂਕੜਾ ਦਰਸ਼ਨ ਕਰੋ ਵੀ ਕੋਈ ਖਾਸ ਸਟ੍ਰੈਸ ਦਿੱਤੀ ਹੈ ਵੀ ਉਹ ਜਿਹੜਾ ਅੰਦਰਲਾ ਸੰਤ ਹੈ ਜਿਹੜਾ ਅਸੀਂ ਨਖੇਰੀ ਆ ਰਹੇ ਹਾਂ ਜਿਹਦੀ ਦੇਹ ਨਹੀਂ ਹੈ ਉਹਨੂੰ ਕੋਈ ਭੇਟੀਏ, ਅਤੇ ਜਿਹੜਾ ਮੈਨੂੰ ਫਿਰ ਹਰ ਹਰ ਜਪਣ ਤੋਂ ਤਾਂ ਅਗਲੀ ਸਟੇਜ ਧਿਆਨ ਤੱਕ ਲੈ ਜਾਏ। ਐਸਾ ਕੋਈ ਭੇਟ ਸੰਤ ਜਿਤ ਹਰ ਹਰੇ ਹਰੇ ਪਤਤ ਤੂੰ ਮੈਨੂੰ ਉਧਾਰ ਮੇਰਾ ਕਰ ਦੇ, ਇਸ ਕਰਕੇ ਮੈਨੂੰ ਇੰਨਾ ਪਵਿੱਤਰ ਕਰ ਦੇਵੇ ਔਰ ਮੈਨੂੰ ਤਾਰ ਦੇਵੇ ਉਹਦੇ ਤੂੰ ਕੀ ਜਾਵਾਂ ਅਗਲੀ ਤੁਕ ਹੈ ਪਤਤ ਤਾਰਨ ਬਲੇ 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 ਪਤਤ ਉਧਾਰ ਬਲੇ ਬਲੇ ਵੀ ਕੋਈ ਲਫਜ਼ਾਂ ਨਾਲ ਨਹੀਂ ਹੈ, ਅਸੀਂ ਸਾ ਸਿੱਧੀ ਜੀ ਬੋਲੀ 'ਚ ਦੱਸਦੇ ਹਾਂ ਵੀ ਉਹ ਖੁਸਰੇ ਵਾਲੀ ਨਹੀਂ ਹੈ, ਵਾਰ ਵਾਰੀ ਜਾਵਾਂ ਵਾਰੀ ਜਾਵਾਂ ਜਾਂ ਵਾਰੀ ਉਹ ਬਲੇ ਬਲੇ ਵੀ ਨਾਮ ਜਪਣਾ ਹੈ ਇੰਨੀ ਵਾਰੀ ਬਾਲ ਬਾ ਕੋਈ 35 ਦੇ ਕਰੀਬ ਨਾਮ ਆਉਂਦੇ ਹੈ ਇਹਨੂੰ ਜਪਣ ਲਈ, ਜਪਣਾ ਅਤੇ ਆਉਣਾ ਕੂਕਣਾ ਪੌਂਕਣਾ ਉੱਚਣ ਐਸੀ ਬਾਣੀ ਹੈ। ਬਲੇ 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 ਦਾ ਵੀ ਮਤਲਬ ਹੈ ਹਰੀ ਹਰੀ ਹਰੇ ਤੇ ਆਈਆ ਹਰੀ ਹਰੀ ਹਰੇ ਤੇ ਆਈਆ ਬਲੇ 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 ਜਾਈਏ ਬਲੇ 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 ਜਾਈਆ ਪਤਤ ਉਦਾ ਆ ਜਪਣ ਦੇ ਨਾਲ ਤੇਰਾ ਪਤਤ ਤੂੰ ਤੁਸ ਪਵਿੱਤਰ ਬਣੇਗਾ, ਤੇਰਾ ਉਧਾਰ ਜਪਣ ਨਾ ਹੋਏਗਾ, ਕਿਉਂਕਿ ਸਾਰੀ ਟੋਕ ਉੱਥੇ ਆ ਰਹੀ ਹੈ ਵੀ ਕੋਈ ਐਸਾ ਮੇਰੇ ਅੰਦਰ ਉਹ ਵਜੂਦ ਉਹ ਹਸਤੀ ਉਹ ਸੰਤ ਆ ਜਾਏ ਜਿਹੜਾ ਮੈਂ ਜਪੀ ਜਾਵਾਂ ਅਤੇ ਧਿਆਉਣ ਲੱਗ ਪਵਾਂ। ਐਸਾ ਕੋਈ ਸੰਤ ਜਿਤ ਹਾਰ ਹਰੇ ਤੂੰ
रहा आने लगा और ऐसा गरीबी का रहा आने लगा। महला पंजवां कहिंदा मैनू तो कोई जानदा ही नहीं सी, मैं तो तेरा दास है, मैनू बाकी कोई नहीं जानदा। मोको कोई ना जानत कहिए ते दास तमारा, गुरु बन के वाणी लिखी। आहो ही असी विचों चीजां लभनियां, गरीबी लभनी है, किते भी बाणी गुरु बन के नहीं लिखी। वो तो उस गुरु नूं पूजण वाले जिहदी देह नहीं आप ते सिख उहदे। इस करके बाणी सिख बन के लिखी गई है, बल्कि सिखां दासना दास हो कोई अंत नहीं है इस लैवल दा गरीबी दा। आपस को जो जाने नीचा सौ गनिए, इत्थे मना खाना महापुरखियां सारा रब ना मिल जाते सारे जी। सारे आ लैवल है जिहड़े रब ना मिलन वाले है उठाणू आउंदे है। इस करके आपस को जो जाने नीचा सौ गनिए, सब ते ऊंचा इहो महला पंजवां सुखमणी साहब च कह रहा है। मोको कोई ना जानत कहियत दास तुम्हारा, सारे मैनू कहिंदे उत्थे कोई अर्जन है ते रब दा दास है। मोको कोई ना जानत कहियत दास तुम्हारा, हरे हरे हर हर प्याये, हरे हरे हर हर प्याये, एहा ओट आधारा, एहा ओट आधारा। सर्व तारन प्रति पारन एक बिनो दीना, मेरे गरीब दी मेरे दीन दी एक बेनती है, तू सर्व तारदा सारिया नू प्रतपालदा सारिया नू। सर्व कारण प्रति पा एक बिनो दीना, तुमरी बिंदे तुम ही जानो, तुम जाल हम मीना, तुमरी बिंदे तुम ही जानो, तुम जाल हम मीना, ए तुम जाल हम मीना, तुम जाल हम मीना। मीनू की हुंदा है, मच्छी नू पानी चो कढ लो, आ मछी तू गिले थां पई आ मेरे हाथ च मलमल है, की गिले थां च पई आ, आ बाहर आ मैं तेनू मलमल च मक्खल च लपेट के मलमल च रखूंगा। कहिंदी मैं नहीं तेरे चासियां च आना, मैं मरना वै, मैं जल चू निकली नहीं ते मरी नहीं। ऐदा आखां जीना विसरे मर जा, आखां जीना विसरे मर जा, हरी हरे हर हर प्याये, हरे हरे ते हरे है, ए तुमरी विधे तुम जानो, तुम जल हम मीना, ए तुमरी विधे तुम ही जानो, तुम जल हम मीना। सर्व तारन प्रतिपा एक बिनो दीना, बिनो लफ्ज आ गया, बेनती भी लफ्जा च नहीं है, ख्यालां च नहीं है। ओ बिनो भी हंबल होके नाम जपन नू, बिनो जिथे बेनती आ जाए, जिथे बिनो आ जाए सारी, ओ भी जड़ा नाम गुरमंत्र परमेश्वर दा नाम तू जपदा हंबल हो के जाप, ओही बिनो है, और कोई कच्चे लफ्जां दी ख्यालां दी बिनो नहीं है।
इस करके सर्व धारण प्रत्ये एक बिनो दीना है तुम्हारी दीदे तुम ही जानो तुम जल हम मीना पूरन विस्थिरन स्वामी पूरन विस्थिरन स्वामी आहे मंडल खंडल सगल मंडल खंडल प्रभ तम ही आछा हे प्रभु तू सब वस्तु खंड ब्रह्मंड पताल सब तू ही एक चंगी चीज है बाकी सब ही माड़ी चीज है तुम प्रभ तम ही बने जे संत का ना आया है जेदी ओट लैनी है जितली ये शब्द आ रहा है सारा कित निशानी है किसी इंसान की या किसी बाहरली दे दी शब्द भेद खोल रहे ने उस संत लफ्ज़ लिखे अब सिखा च गल नहीं सी उस वेले सारे भाई कलाउंदे सी सारी बाणी का संत की दे नहीं है ये बाकी कौमां च हो रहा सी हिंदुआ च हो रहा सी आ मुसलमाना च मुरशद कहिंदे सी बगैर मुरशद तो गुजारा नहीं जी बगैर दे सारा सारा अजकल भी साढ़े ऐसे है नाम जपन वाले पर उन्होंने बाणी का इन्ना ज्ञान नहीं है बाणी दे नहीं मनती उस संत की इस करके पूरन बस्थिरन और उस स्वामी दे विच रलदे जा रहे ना शब्द पूरन बस्थिरन स्वामी होर सिफत की तू ही अटल है बाकी देवते जून चने वो अपना अपना थान छड़ देंगे भावें किड्डी उच्ची चोटी ते भी देवते ने देवा ने जड़े तू ही एक अटल है जड़ा के सदा रहेगा और खयो तू खै नहीं होना तेरी तू नहीं जाया होना और तू ही अटल है और देवा है तू ही मोहन है अलख अपारा किन्ने ना देगे अटल अखयो देवा मोहन अलग अपारा दान पाऊ संतान संग नानक रे दा सारा संतान पलूर लफदा और बस्थीरन एडी उच्ची अवस्था चली गई अटल अंदर एक कर्मखंड की खेड है तीजी लाम की खेड है इत्थे आन के असी जिथे पलूरल आ जाए संत जान या सारे हर तीजड़ी लाम मन बैराग पिया बैरागी आ बलराम जी ओ संत जना हर मेल हर पा पर केड़ी लाम च तीजी लाम इहो ही कर्मखंड की खेड है इस करके कर्मखंड च की है उत्थे भगत ही भगत ने कर्मखंड की बाणी जोर वाली नहीं है कर्मखंड की बाणी जोड़ती जुड़ती तुरी जाऊगी नाल ज्यों ज्यों गुरमंत्र जपोगे बाणी उत्थे परमेश्वर का नाम है कर्मखंड की बाणी के जो वो कर्मखंड एंटर ही आने लगते पहली तो क्या ज्यों ज्यों तो फिर वो नाम जपते पहला बड़ा मुश्किल खंड है छोटा जहा बड़ी मेहनत का उन्होंने है सरम खंड
ਉਹ ਐਡਾ ਮੁਸ਼ਕਲ ਹੈ ਨੰਘਣਾ ਖੰਡ, ਔਰ ਉੱਥੋਂ ਪਹਿਲਾਂ ਗਿਆਨ ਖੰਡ ਹੈ ਜਿਹੜਾ ਸੌਖਾ ਹੀ ਚੜਿਆ ਜਾ ਸਕਦਾ, ਉਹ 'ਚ ਸਾਰੇ ਬੈਠੇ ਹੈ, ਵੜਿਆ ਕਰੋ ਕਦੀ। ਉੱਥੋਂ ਬਾਅਦ ਸ਼ਰਮ ਖੰਡ ਬਹੁਤ ਛੋਟਾ ਜਿਹਾ ਖੰਡ ਹੈ, ਪਰ ਉਨਾ ਹੀ ਉਹ ਮੁਸ਼ਕਲ ਖੰਡ ਹੈ ਨਵਣਾ। ਉਹ ਨੰਗਣ ਤੋਂ ਬਾਅਦ ਫਿਰ ਕਰਮ ਖੰਡ ਆ ਜਾਂਦਾ। ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀ। ਜੇ ਉਸ ਖੰਡ ਦਾ ਕੋਈ ਭੇਦ ਦੇ ਗਿਆ ਸਾਹ ਸਾਹ, ਜਾਂ ਜਿਹੜਾ ਚੜ੍ਹਾਈ ਵਾਲਾ ਸਿੱਖ ਹੈ ਉਹਦੀ ਸਾਰੀ ਕਲਾ ਡਿੱਗ ਜਾਂਦੀ ਹੈ, ਐਸੀ ਡਿਸਿਪਲਿਨ ਹੈ ਉਸ। ਸ਼ਰਮ ਖੰਡ ਕੀ ਬਾਣੀ ਰੂਪ, ਸ਼ਰਮ ਕਹਿੰਦੇ ਆ ਮਿਹਨਤ ਨੂੰ, ਹਾਰਡ ਲੇਬਰ ਨੂੰ, ਸ਼ਰਮ ਹਿੰਦੀ ਦਾ ਲਫ਼ਜ਼ ਹੈ, ਇਸੇ ਕਰਕੇ ਹਿੰਦੀ 'ਚ ਸ਼ਰਮ ਮੰਤਰੀ ਹੈ, ਜਿਹੜਾ ਲੇਬਰ ਮਿਨਿਸਟਰ ਹੈ ਇੰਡੀਆ ਦਾ ਉਹਨੂੰ ਸ਼ਰਮ ਮੰਤਰੀ। ਤੋ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੋਂ ਪਛਤਾਏ, ਸਭ ਕਲਾ ਡਿੱਗ ਜਾਂਦੀ ਉਹਦੀ, ਐਡੀ ਦਿਸਿਆ। ਜੇ ਉਹ ਖੰਡ ਲੰਘ ਗਿਆ ਉੱਥੋਂ ਬਾਅਦ ਫਿਰ ਕਰਮ ਖੰਡ ਕੀ ਬਾਣੀ, ਜੋ ਜੋ ਨਾਮ ਜਪਦਾ ਜੁੜਿਆ ਤੁਰਿਆ ਜਾਂਦਾ ਰੱਬ ਦੇ ਨਾਲ। ਕਰਮ ਖੰਡ ਕੀ ਬਾਣੀ ਜੋਰ ਜੁੜਨ ਵਾਲੀ ਹੈ, ਕੋਈ ਐਸੋ ਹਰ ਜਨ ਕੋਈ ਜਨ ਹਰ ਸੁਣ ਦੇਵੇ, ਜੋਰ ਜੁੜਨਾ ਹੈ। ਕਰਮ ਖੰਡ ਕੀ ਬਾਣੀ ਜੋੜ, ਤਿੱਥੇ ਹੋਰ ਉੱਥੇ ਆ ਥੱਲੇ ਵਾਲੇ ਪਹੁੰਚ ਹੀ ਨਹੀਂ ਸਕਦੇ ਖੰਡਾਲ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਮਲਸੂਰ ਜਿਨਮੇ ਰਾਮ ਰਿਹਾ ਭਰਪੂਰ, ਉਹ ਸੀਤੇ ਪਏ ਆ ਉਹਦੀਆਂ ਸਿਫਤ ਦੇ ਵਿੱਚ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੇ। ਉਹ ਹੁਣ ਵੀ ਹੈਗੇ ਨੇ, ਉਹ ਮਾਇਆ ਤੇ ਮਾਇਆ ਉਹਨਾਂ ਦੇ ਲਾਗੇ, ਉਸ ਖੰਡ 'ਚ ਮਾਇਆ ਨਹੀਂ ਜਾ ਸਕਦੀ। ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ, ਤਿੱਥੇ ਭਗਤ ਆ ਗਏ। ਹੁਣ ਇਹ ਭਗਤਾਂ ਦਾ ਖੰਡ ਹੈ, ਸੰਤ ਜਨਾਂ ਦਾ ਜਿਹੜੀ ਤੀਜੀ ਲਾਮ ਹੈ ਇਹ ਉਹ ਕਰਮ ਖੰਡ ਹੈ। ਤਿੱਥੇ ਭਗਤ ਵਸੇ ਕਾਇਲ ਹੋਏ ਨਹੀਂ ਹੈ, ਉੱਥੇ ਕੇਲ ਹੋਏ, ਕੇਲ ਹੋਏ ਕਿ ਲੋਹਾਂ ਪੂਰੀਆਂ ਭਰੀਆਂ ਪਈਆਂ ਇਹਨਾਂ ਦੀਆਂ। ਹੁਣ ਜਦੋਂ ਦਾ ਰੱਬ ਬਣਿਆ ਉਦੋਂ ਦੇ ਸ੍ਰਿਸ਼ਟੀ ਦੇ ਭਗਤ ਆ ਰਹੇ ਆ, ਉਹ ਨਾ ਮਰਦੇ ਹੈ, ਉਹ ਕਿਤੇ ਨਾ ਕਿਤੇ ਤੇ ਉਹਨਾਂ ਦੀਆਂ ਲੋ ਉਹ ਕਿਤੇ ਨਾ ਕਿਤੇ ਤੇ ਉਹਨਾਂ ਦਾ ਵੇਅਰ ਹਾਊਸ ਹੋਣਾ ਹੀ ਹੈ। ਕਦੋਂ ਦਾ ਰੱਬ ਹੈ ਔਰ ਕਦੋਂ ਦੇ ਉਹਦੇ ਭਗਤ ਹੈ, ਨਾ ਉਹ ਮਰੇ, ਉਹ ਮਰਦੇ ਨਹੀਂ ਕਿਸੇ ਵੇਲੇ। ਜੱਗ ਦੀ ਸੇਵਾ ਤਮਾਸ਼ਾ ਤੁਸ਼ਾ ਦੇਖਣ ਲਈ ਆ ਜਾਂਦੇ ਆਪਣੀ ਮਰਜ਼ੀ, ਜਾਂ ਰੱਬ ਭੇਜ ਦਿੰਦਾ, ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਖੁਰਕ, ਤਦੇ ਕੇ ਲੋ ਲਿਖਿਆ ਲੋਹਾਂ ਪੂਰੀਆਂ ਉਹਨਾਂ ਦੀਆਂ ਭਰ, ਕੋਈ ਬ੍ਰਹਿਮੰਡ ਛੋਟੇ ਜਿਹਾ ਛੋਟੇ ਕੋਈ ਲੋਕ ਪਰ ਕੇ ਲੋਏ, ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਤਿੱਥੇ ਭਗਤ ਵਸੇ, ਕੇ ਲੋਏ ਕਰੇ ਆਨੰਦ ਉਹ ਮਨ ਦੇ ਵਿੱਚ ਹੀ। ਇੱਥੇ ਵੀ ਜਿਹੜੇ ਬੈਠੇ ਉਸ ਖੰਡ ਤੱਕ ਚੜ੍ਹਦੇ ਉਹ ਵੀ ਅੰਦਰੋਂ ਚੜ੍ਹਦੇ, ਉਹ ਵੀ ਮਨ 'ਚ ਆਨੰਦ ਕਰ ਰਹੇ, ਉਹ ਵੀ ਉਹਨਾਂ ਨਾਲ ਮਿਲਦੇ ਆ, ਕਿਉਂਕਿ ਆਵੇਂ ਜਾਵੇਂ ਨਿਸ਼ੰਗ ਆਹਾ ਕਿਹੜਾ ਸ਼ਹਿਰ ਕੋ ਨਾਮ ਬੇਗਮਪੁਰਾ ਸ਼ਹਿਰ, ਇਹ ਸਾਰਾ ਉਹੀ ਖੰਡ ਹੈ। ਉੱਥੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ, ਕੋਈ ਕੁਛ ਨਹੀਂ, ਜਿਸ ਵੇਲੇ ਮਰਜ਼ੀ ਜਾ ਸਕਦੇ। ਮਰਨ ਤੋਂ ਬਾਅਦ ਤਾਂ ਉਹਨਾਂ ਨੇ ਜਾਣਾ ਹੀ ਉੱਥੇ ਆ, ਪਹਿਲਾਂ ਵੀ ਜੀਂਦੇ ਜੀ ਉਹਨਾਂ ਦੀ ਬਿਰਤੀ ਚੜ੍ਹਦੀ ਹੈ, ਇਸ ਕਰਕੇ ਉਹ ਕੇਲ ਲੋਹਾਂ ਪੂਰੀਆਂ ਭਰੀਆਂ ਪਈਆਂ। ਉਹਦੇ ਲਈ ਤੀਜੀ ਰਾਮ ਹੈ, ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀ ਆ ਬਲਰਾਮ ਜੀ। ਉਹ ਅਸਲ ਵੇਲੇ ਕੀ ਹੁੰਦਾ, ਹਿਰਦੇ ਹਰ 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 ਧੁਨੀ ਉਪਜੀ, ਹਰ ਜਪੀਏ ਮਸਤਕ ਭਾਗ ਜੀ, ਜਾਂ ਨਾਨਕ ਕਹੇ ਤੀਜੀ ਲਾਮੇ ਮਨ ਉਪਜੇ ਬਹਿਰਾ। ਇੰਨਾ ਫਿਰ ਬਰਾਗ, ਫਿਰ ਰੱਬ ਨਾਲ ਵਿਆਹ ਹੋ ਜਾਂਦਾ ਚੌਥੀ ਲਾਮ 'ਚ। ਹਰ ਪਤਾ ਬਈ ਆਹ ਜਿਹੜੀ ਔਰ ਜਿਹੜਾ ਪੰਜਵਾਂ ਖੰਡ ਨਹੀਂ ਹੈ ਸਾਡਾ, ਪੰਜਵਾਂ ਖੰਡੇ ਹੈ ਪਹਿਲਾਂ ਜਿਹੜੇ ਖੰਡ ਹੈ ਉਹ ਖੰਡ ਹੈ, ਬਾਕੀ ਪੰਜਵਾਂ ਖੰਡੇ ਕੀ ਹੈ। ਕਰਮ ਖੰਡ ਤੋਂ ਬਾਅਦ ਹਿਰਦਾ ਹੀ ਐਡਾ ਵੱਡਾ ਖੁੱਲ੍ਹ ਜਾਂਦਾ, ਉਹਦੇ 'ਚ ਰੱਬ ਦਾ ਹੈੱਡਕੁਆਟਰ, ਰੱਬ ਸਾਰਾ ਸਾਰੀ ਸਭ ਕੁਛ ਹੀ ਹਿਰਦੇ 'ਚ ਆ ਜਾਂਦਾ। ਇਸ ਕਰਕੇ ਪੰਜ ਸੱਤ ਖੰਡੇ ਵਸੇ ਨਿਰੰਕਾਰ, ਉਹ ਹਿਰਦੇ 'ਚ ਆ ਜਾਂਦਾ। ਇਸ ਕਰਕੇ ਚਾਰ ਹੀ ਖੰਡ ਹੈ, ਚਾਰ ਹੀ ਲਾਵਾਂ, ਚਾਰ ਹੀ ਸਹਿਜ ਦੇ ਵਸਤਾ, ਚਾਰ ਹੀ ਸਭ ਕੁਛ ਹੈ। ਪੰਜਵਾਂ ਨਹੀਂ ਆ, ਪੰਜਵਾਂ ਖੰਡ ਨਹੀਂ ਆ, ਪੰਜਵਾਂ ਖੰਡੇ ਹੈ। ਐਸੀ ਅਚਰਜਾ ਦੇਖੋ, ਅਚਰਜ ਪਿਆ ਜਿਸ ਸਾਹਿਬ ਕੋ ਜਿਸ ਠਾਕੁਰ ਕੋ ਸੁਣਤ ਅਗਾਧ ਬੋਧ, ਸੋ ਗੁਰੇ ਹਿਰਦੇ ਦੇ ਆ, ਹਿਰਦੇ 'ਚ ਆ ਜਾਂਦਾ ਸਭ ਕੁਛ। ਇਸ ਕਰਕੇ ਮਹਾਰਾਜ ਨਾ ਉਸ ਅਵਸਥਾ 'ਚ ਚੜ੍ਹ ਕੇ ਅਤੇ ਕਹਿੰਦੇ ਉਹਨਾਂ ਸੰਤਾਂ ਦਾ ਮੈਂ ਦੱਸ ਰਿਹਾ ਹੈ, ਦਾਨ ਪਾਵਾਂ ਸੰਤਾਂ ਸੰਗ ਨਾਨਕ ਰੇ ਤਾਂ ਗੀਤ ਹੈ। ਪਿਛਲਾ ਦਾਸਰਾ ਲਿਖਣ ਦੀ ਬਜਾਏ ਦਾ ਸਾਰਾ ਕੋਈ ਲਫ਼ਜ਼ ਨਹੀਂ ਹੈ, ਜਾਂ ਦੁਸਹਿਰਾ ਜਾਂ ਫਲਾ, ਇਹ ਲਫ਼ਜ਼
पिछला काफिया वजन तोल गीत है, पिछे दा सारा लिखना पै गया क्योंकि पहला लफ्ज है मोहन आलख अपारा ए दान पावु संत संग नानक दे आ हुण कल्ला संत आ गया ऐसा कोई संत सतगुर है जिन्हें पेटना क्योंकि छक्का आ गया जिन्हें पेटिया मेरा पूरा सत्य सतगुरु सब चोज कर रहा ओही संत बन जाता साध बन जाता ओही पावर है इस करके ऐसा दर्शन करिए एक सलोक दे और सलोक चंगी तरह सुखमनी साहब की सोसायटी वाले मैंबरों को याद होना सुखमनी साहब दी सोसायटियां बड़ा अच्छा पाठ करते सारा सारा और आओ सुखमनी साहब जी ओट लैके कहो जी सुखमनी साहब दे पाठ करो मुबारक बहुत चीज़ा मिल गया जे कि तुम थोड़ा जि अपना बेंट ऑफ माइंड ये भी बना लो भी असी देखिए सुखमनी साहब कहता की पन्ना है सुखमनी साहब दे बाणी दा और 293 293 पन्नवे ते आ सलोक शुरू हुंदा है पहला असी पहला सलोक पढ़ते हैं बहुत सारा असी भुलेखा कढ़ दिए भी शब्द दे दर्शन ना कर पण के ते इन्हां दे अर्थ इन्हां दे सब कुछ गलत हो रहे हैं वह पढ़ते ने ज्ञान अंजन गुर दिया कई कढ़ते ने जी जिहड़ा गुरु ओ दिया है दीवा वे ज्ञान अंजन मैनू जिहड़ा ज्ञान दा सुरमा सी अंजन सी वह गुरना दीवा भी बालता गुर दिया दिया दीपक असी देखिया मैं कह देते गुरे भी रब ना दिता सब कुछ और दिया तो है ही नहीं गुरे दिया मैनू गुरु ने दिता चीज़ अचक आ रही रारे दी सियारी खोलती इस करके पाठ शुद्ध पढ़ना चाहिए जदा लिखा इस करके आओ पहला श्लोक अपने पढ़ लिए ध्यान दे नाल ज्ञान अंजन गुरे दिया मेरे गुरु ने मैनु ज्ञान अंजन देता ज्ञान अंजन एक है अंजन एक है निरंजन थोड़ा थोड़ा सी ज्ञान साथियों नहीं सौखा सौखा समझाने ऐसा नाम निरंजन होवे निरंजन है माया तो रहत निर अंजन अंजन है माया नहीं है अंजन है फन फन करने वाली चीज़ मौजा मारने वाली चीज़ उन्होंने अंजन किया और जिथे मतलब माया है कई माया च मौजा मार रहे हैं कई ज्ञान च मौजा मारते हैं कई सारा अंजन ते निर अंजन दो लफ्ज सीधे जे संस्कृत दे हिंदी जे दे है इस करके इत्थे जिथे अंजन आ जाए वो अंजन सुरमा भी है क्योंकि सुरमा पा के भी अगले फन कर दे मतलब ए अंजन क्यों मौजा किसी चीज़ का शौक सारी ना मौज दिल खुश हो जाना सारी चीज़ का देखने वाले का भी तो पाने वाले का भी तो गुर अंजन अंजन सुरमे भी कहते हैं अंजन है मौज मारन भी अंजन है जड़ा कि माया खेड है माया भैड़ी लफ्जा च नहीं पर असी विचे माया पाया तो इस करके जड़ा मैं ज्ञान ऐसा देता और मैं ऐसा मौजा मारन वाला अंजन के नन्ने औंकड़ ऐसा मैनू अंजन दिता और किने दिता ये चीज़ ये मेरे गुरु ने दिता और गुरु देज नहीं है साडा इस करके असी शब्द चकते हैं ज्ञान अंजन गुरे दिया आ ज्ञान अंजन गुरे दिया आ ज्ञान अंधेर मैं अगे अग्ञानता च अंजन मौजा मार रहा मेरे गुरु ने ऐसा ज्ञान दिता अंधेरा दूर हो गया हुण मैं उजाले च मौजा मारन लगा है
ਗਿਆਨ ਅੰਜਨ ਗੁਰੇ ਦੀਆ ਆ ਗਿਆ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਹੌਲੀ ਹੌਲੀ ਆਪਣੇ ਆਪ ਕਲੈਰੀਫਾਈ ਕਰੀ ਜਾਵੇ ਵੀ ਕਿਹੜਾ ਸੰਤ ਭੇਟਿਆ। ਹਾਂ ਗਿਆਨ ਅੰਜਨ ਗੁਰੇ ਦੀਆ ਆ ਗਿਆਨ ਅੰਧੇਰ ਬਿਨਾਸ ਹਰੇ ਕਿਰਪਾ ਤੇ ਸੰਤ ਭੇਟਿਆ। ਉਹ ਜਿਹੜਾ ਅੰਦਰਲਾ ਵਿਚੋਲਾ ਆਉਣਾ ਹੈ ਸਤਿਗੁਰੂ ਸਾਧ ਸੰਤ, ਜਿਹੜਾ ਅੰਦਰ ਨੇ ਜਿਹੜੀ ਜੋੜਨ ਵਾਲੀ ਤਾਕਤ ਹੈ, ਉਹ ਵੀ ਰੱਬ ਦੀ ਕਿਰਪਾ ਨਾਲ ਸਾਡੇ ਅੰਦਰ ਆਉਣੀ ਹੈ। ਲੇਕਿਨ ਉਹ ਪਹਿਲਾਂ ਆਏਗੀ, ਫਿਰ ਰੱਬ ਨਾ ਉਹ ਜੋੜ ਸਕੇਗੀ। ਰੱਬ ਨੂੰ ਅਸੀਂ ਸਿੱਧਾ ਨਹੀਂ ਮਿਲ ਸਕਦੇ। ਸਾਰੀ ਬਾਣੀ ਦਾ ਰੂਲ ਹੈ ਕੰਮ ਥਰੂ ਪ੍ਰੋਪਰ ਚੈਨਲ। ਇਹ ਭਗਤੀ ਮਾਰਗ ਵੀ ਐਸਾ ਹੈ, ਥਾਂ ਥਾਂ ਟੋਕਾਂ ਹੋਣਗੀਆਂ, ਕੰਮ ਥਰੂ ਪ੍ਰੋਪਰ ਚੈਨਲ। ਸਿੱਧਾ ਨਹੀਂ ਮੈਂ ਕਿਸੇ ਨੂੰ ਮਿਲ ਸਕਦਾ, ਉਹ ਵਿਚੋਲਾ ਖੜਾ ਕਰ ਪਹਿਲਾਂ। ਕਿੱਡਾ ਸਹਿਜ ਮਾਰਗ ਹੈ ਸਾਰਾ ਰਾਮ ਦਾ, ਲੇਕਿਨ ਉਹ ਤਾਕਤ ਦਾ ਥਾਂ ਥਾਂ ਜ਼ਿਕਰ ਹੋਊਗਾ, ਜਿਹੜੀ ਕਿ ਦੇਹ 'ਚ ਮੰਨੀ ਜਾਂਦੀ ਆ ਹੁਣ ਵੀ, ਔਰ ਮੰਨ ਰਹੇ ਸੀ ਗੁਰੂਆਂ ਦੇ ਵੇਲੇ ਵੀ, ਪਰ ਇਸ ਗਿਆਨ ਨਾਲ ਦੇਹ ਦਾ ਸਫਾਇਆ ਕਰ ਦਿੱਤਾ, ਵੀ ਦੇਹ ਅਭਿਆਸ ਖਤਮ ਕੀਤਾ, ਵੀ ਦੇਹ 'ਚ ਨਹੀਂ ਚੀਜ਼ ਇਹ ਮੰਨਣੀ। ਇਸ ਕਰਕੇ ਹਰ ਹਰ ਗਿਆਨ ਅੰਜਨ ਗੁਰੇ ਦੀਆ ਆ ਗਿਆਨ ਅੰਧੇਰ ਬਿਨਾਸ ਹਰੇ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਹੁਣ ਸੰਤ ਤੇ ਸਤਿਗੁਰ ਦੋ ਚੀਜ਼ਾਂ ਨਹੀਂ ਰਹਿ ਗਈਆਂ। ਜਿਹਨਾਂ ਭੇਟਿਆ ਮੇਰਾ ਪੂਰਾ ਸਤੇ ਪੂਰਾ ਸਤੇ ਗੁਰੂ ਹਰ ਨਾਮ ਬਿਰਲਾਰੇ ਰਾਮ ਰਾਮ ਇਸ ਕੀ ਤ੍ਰਿਸ਼ਨਾ ਭੁੱਖ ਸਭ ਜੋ ਹਰ ਨਾਮ ਤਿਆ। ਓ ਬਸੰਤ ਗਿਆਨ, ਉਸ ਵੇਲੇ ਬੰਦੇ ਨੂੰ ਅੰਦਰ ਗਿਆਨ ਆ ਜਾਂਦਾ ਹੈ। ਅਸੀਂ ਥੋੜ੍ਹੀ ਜਿਹਾ ਹੋਰ ਸੁਖਮਨੀ ਸਾਹਿਬ ਦੇ ਦਰਸ਼ਨ ਕਰਾ ਦਈਏ। ਕਦੀ ਕਦੀ ਮਨ ਦੀ ਅੰਦਰ ਇੰਨੀ ਉਹਦੀ ਕਿਰਪਾ ਦੇ ਨਾਲ ਚੜ੍ਹਾਈ ਹੋ ਜਾਂਦੀ ਹੈ। ਤਿੰਨ ਫੈਕਟਰ ਹੈ ਅੰਦਰ ਚੜ੍ਹਨ ਦੇ, ਪੂਰਵਲੀ ਕਰਮ ਦੀ ਕਮਾਈ, ਇੱਥੇ ਦੀ ਸੰਗਤ ਕਿੱਦਾਂ ਦੀ ਕਰਦੇ ਹੋ, ਤੀਸਰਾ ਉਹਦਾ ਗੁਰਪ੍ਰਸਾਦ, ਉਹਦੀ ਮਿਹਰ ਹੋ ਜਾਏ। ਅਤੇ ਜਿੱਥੇ ਤਿੰਨੇ ਫੈਕਟਰ ਜੁੜ ਜਾਣ, ਉੱਥੇ ਇੱਕ ਮਿੰਟ 'ਚ ਬੰਦੇ ਦੀ ਚੜ੍ਹਾਈ ਹੋ ਜਾਂਦੀ ਅੰਦਰ। ਪਰ ਪਿਛਲੇ ਪੂਰਵਲੇ ਕਰਮ ਜਿਹਨਾਂ ਦੇ ਨਹੀਂ ਵੀ ਆ, ਜੇ ਉਹਨਾਂ ਨੂੰ ਸੱਚੀ ਬੈਸਕ ਤੇ ਨਾ ਸੰਗ ਜਨ ਸੰਗ ਜਪੀਏ, ਨਾ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ, ਸੰਗਤ ਕਾ ਗੁਣ ਬਹੁਤ ਅਧਿਕਾਈ ਬਹੁਤ ਜ਼ਿਆਦਾ ਹੈ। ਇਸ ਕਰਕੇ ਉਹ ਨਾਮ ਜਪਣ ਵਾਲੀ ਸਹੀ ਸੰਗਤ ਮਿਲ ਜਾਏ ਉਹਨੂੰ, ਉਹ ਤਾਂ ਜਾਂ ਪੂਰਵਲਾ ਕਰਮ ਹੋਵੇ ਅਤੇ ਜਾਂ ਉਹਦਾ ਗੁਰਪ੍ਰਸਾਦ ਹੋਵੇ। ਆਹ ਹੁਣ ਗੁਰਪ੍ਰਸਾਦ ਦੀ ਅਗਲੇ ਲਾਈਨਾਂ 'ਚ ਗੱਲ ਆਏਗੀ। ਕਹਿੰਦਾ ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ 'ਤੇ ਬਹੁਰ ਨਾਵੈ, ਉਸ ਅਸਥਾਨ ਕਾ ਨਹੀਂ ਵਿਨਾਸ, ਅੰਤਰੇ ਹੋਏ ਗਿਆਨ ਪ੍ਰਗਾਸ। ਅਤੇ ਆਹ ਸਟੇਜ ਦੱਸੀ ਹੈ ਗਿਆਨ ਇਸ ਸਟੇਜ ਦੀ ਗੱਲ ਹੈ। ਅੰਤਰੇ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ। ਉਹ ਸਤਿਗੁਰੂ ਜਦੋਂ ਅੰਦਰ ਆਉਂਦਾ ਹੈ, ਉਦੋਂ ਪੂਰਾ ਗਿਆ ਆਹ ਸਾਰੇ ਸ਼ਬਦ ਸਾਡੇ ਗੁਰੂਆਂ ਨੂੰ ਭਗਤਾਂ ਨੂੰ ਉਸ ਸਟੇਜ 'ਤੇ ਆਏ ਆ, ਉਹ ਗਿਆਨ ਆਉਂਦਾ ਹੈ ਸਾਰਾ ਉਸ ਵੇਲੇ। ਦੇਖੋ ਭਾਈ ਗਿਆਨ ਕੀ ਆਈ, ਆਂਦੀ ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ ਕਬੀਰ ਸਾਹਿਬ। ਇਸ ਕਰਕੇ ਉਹ ਜਿਹੜਾ ਗਿਆਨ ਆਉਣਾ ਹੈ, ਉਹ ਕਦੀ ਨਾ ਕਦੀ ਮਨ ਅੰਦਰ ਚੜ੍ਹ ਜਾਂਦਾ ਉਹਦੀ ਕਿਰਪਾ ਨਾਲ, ਫਿਰ ਉੱਥੇ ਆਹ ਹਾਲਤ ਵਰਤਦੀ ਹੈ ਗਿਆਨ ਅੰਜਨ ਗੁਰੇ ਦੀਆ ਆ ਗਿਆਨ ਅੰਧੇਰ ਬਿਨਾ। ਸੰਤ ਦੀ ਰੱਬ ਦੀ ਕਿਰਪਾ ਨਾਲ ਉਹਦੇ ਦਰਸ਼ਨ ਹੋ ਜਾਂਦੇ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨੇ ਪਰਗਾਸ, ਏ ਨਾਨਕ ਮਨੇ ਪਰਗਾਸ। ਉਹਦਾ ਜਦੋਂ ਅੰਦਰ ਸਤਿਗੁਰੂ ਦਾ ਸੰਗ ਹੁੰਦਾ, ਦੇਖੋ ਕੀ ਹੁੰਦਾ,
संत संगे ओह संत संत संगे अंतर प्रभ भी संत संगे अंतर प्रभ भी सॉरी मैंने भोली भाली संगत नू और वह भी संत भोले भाला ही है उन्होंने पता ही नहीं वाणी कहती की इस करके उन्होंने बेचारियों भी पता नहीं ना इस करके फिर सारी गौड़ी सुखने की आ बाल देंगे ने कभी देखे भी कभी किसी ने अंदर देखे भी है रब जिन्हें तुम पैरोकार बनाई जाते हो बाल कभी ये चीज़ वरती भी है उन्होंने इस करके वरतनी जदों सलोक की हालत होगी सलोक सारी अष्टपदी का हैडिंग है सलोक च सारी चीज है गांक एलैबोरेशन है उस सलोक की सारी की होएगा तेनू संत संगे बार दा संत संग नहीं है सतगुर दा संग है वो साध दा संग है संत संगे अंतर प्रभु का नाम प्रभु लगा भी है इन्ना कौड़ा नाम लगता जपन वाले कहे किसी भागा वाले वो हालत उस वेले अपने आप हो जाती है नाम प्रभु जिन्नी जिन्निया गलैक्सियां उत्ते जिन्ने ब्रह्मांड है जिन्ने सोलर सिस्टम है जिन्ना ब्रह्मांड है सारा सारा इस शरीर च आ जाता उन्हें क्या सहगल एक बॉडी दे विच सारी चीजा दिखन लग पी हैरानगी दी गल नहीं पता नहीं की हुंदा होना आई ते पढ़ पढ़ के एडे वड्डियां गलैक्सियां एडे साडा एक सोलर सिस्टम है सोलर सिस्टम दे विच एक धरती एक चंद्रमा एक सूरज एक जिहड़ी रात नूं सड़क जी तारे वाली दिखदी है वह पाउंदी रहिंदी उह भी ठीक नहीं होंदी है उहनूं गलैक्सी कहिंदे है तारियां दी वह गलैक्सी एक ब्रह्मा सूरज एक सोलर सिस्टम ऐसा कोट ब्रह्मांड को उठाकर सौम वो जिन्हें है वो सारी इस बॉडी के अंदर आ जाते हैं यही है जो ब्रह्मंडे सोई पिंडे जो खोजे सुपावे और ये एडी वड्डी चीज़ लेके महाराज इनू समग्री क्या सारी आ समग्री धूफ वाली समग्री नहीं जी खंड पाठ चुकाते है ये समग्री है जी सारी रंग आ गया की नाने दे बार मिलना ही नहीं है इहदा हेडक्वार्टर कित्थे है दे नौ निंद कहिंदे नौ निधियां 18 सिद्धियां पिछे लगियां फिरन इस करके ओह इन्नियां ताकतां अंदर आ जांदियां और अमृत आ जांदा नौ निंद अवस्था जी सुन की अवस्था वे भी उत्ते है सीधा इन्हें पूछया बड़े मुश्किल सवाल से असी ज्ञानवान साथियों आप सांझ करिए सिद्ध पुछते ने बालिया हे गुरु नानक नू कहिंदे तेरा जिहड़ा शब्द है कित्थे समा जांदा है शब्द का हेडक्वार्टर कित्थे है गुरु महाराज ने जवाब दिता हिरदा कहिंदे बालिया ये दस जदू हिरदा नहीं सी बॉडी नहीं सी उदू शब्द कित्थे सी देखो ना एडे एडे वड्डे स्पिरिचुअल लोग जिन्हां ना बाबे ना सिद्ध गश्त करके ते साडे लई बाणी बनाती असीं पढ़ सकदे हां पी की गल है वो बाबे नूं पुछदे तेरा शब्द दा तू शब्द शब्द बड़ा कह रहे हां शब्द गुरु सुरते तुन चला शब्द दा हैडक्वार्टर कित्थे है शब्द कित्थे बसदा आण के कहिंदा हिरदे च कहिंदे जद हिरदा देह ना होती
या बॉडी नहीं होंदी सी, बॉडी नहीं होवे जदों हिरदा नहीं, बॉडी तो हिरदे च है, हिरदा नहीं है, बॉडी नहीं है, कुछ नहीं है, उदू शब्द का वासा दस कितने सी। महाराज कहते उदू शब्द सुन च समा जाता, तू सुन समा उस बंदा समा चल जाता अंदर जरा सुन वस्ता एडी वस्ती है भाई रब कई खरे किन्ने सौ जोग जा किन्ने सुन च ही रहा, ओनू दुनिया बनाउण दा ख्याल ही नहीं आया। बाबा नानक ऐसा शब्द दिंदा कहिंदा फिर ओनू माड़ी जी मौज आई भी चलो यार जगत बनाई, फिर पहला उन्हें सब शब्द असी गां लियावांगे डूंगा ज्ञान आ, पर बाबे ने कही ऐसी चीज असी कहने हैं भाई बाबे ने इन्ना सुन समा सारा भी इन्ने युग बाबा तंदूकारा सी, फिर बाबे ओनू महाराज नू होश आई उन्हें फिर पहला आ चीज़ा बनाइया और मौज आई तो फिर उन्हें कहा चलो जीव भी बनाइए धरती भी बनाइए सारी अपनी मौज च उन्हें सारिया चीज़ा बनाइया। असं कहने बाबा तू कितें सी तेनू कि पता आह सवाल है बाबे की बड़ियाई ज सिखी भगती मार्ग की, बाबे ने पूछिए भी तू कितें तू नहीं शब्द दे रहे एडे भेद वाले सानू ये भी दसदा शब्द भी तू कितें सी, तो अपने शब्द कह गया नहीं मैं नीच है मैं कुछ पता नहीं हम मूर्ख मुगत शरणागति आव है गरीबी। और मारी कहते और जोड़ा सुन की अवस्था है उस वेले समाधि बंदे बंदा कई कई युग बैठ सकता उस जो ए समाधि च सुनने सुन 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 जो योगी माम बार सुनते आन हाथ हदा ही कोई नहीं कभी मुकदा ही नहीं नाद है वरप्चुअस म्यूजिक एडा मिठा म्यूजिक एडा उस धुनी तने तने ओ राम बेन वाजाए मधर मधर धुने आन हाथ एडी मिठी चीज है जी बार सिमली नहीं है कोई वह भगत मानते ने सदा तो उस अवस्था चो कहते आन हाथ उस अवस्था चो मानते है ए, सुन समाधे अनहत तहना कहन जाय अचरज कहता बंदा आप नहीं देख सकता पेचा पा गया महाराज तीन देखया जिस आपे देखा ए नानक तिस जन सजी संत नहीं बने कोई महापुरख नहीं संत नहीं कहते जन उसने सोची याद है तीन देखा एक कितों दिखाया इतों शुरू होया पहला मैनू उस सतगुरु का संत का संग होया संत संगे पहला अवस्था असं कढ़ी आ रहे हैं सिखा और सानू शब्दों चो हौसला मिलता भी पहली स्टेज पर की चीज़ होंगी है पहला जो कौड़ा नाम से इन्ना मुश्किल से वह पहली लाम ची हर मीठा लाया बलराम जी पहली लाम च शब्द जोड़ा जपते हैं इन्ना मूँह चू कई कई अभ्यासियों नू सत सत दिन चॉकलेट का स्वाद आता है असं अडवीतियाँ क्यों रिकॉर्ड करा रहे हैं जिन्हां नाल वर्तियां है असं हैरान रह गए हैं वो कहते हटता ही नहीं स्वाद इस करके जोड़े जपन वाले है उन्होंने ये स्वाद आता और ये पहला पहली लाम की अवस्था है भी ये शब्द मिठा लगन लगता फिर कमाई सौखी हो जाती है तो इस करके नाम प्रभु कालागामी और सारा जिनी लिखी अष्टपदी स्टेज बाई स्टेज है कितने तक पहुँच गए उत्थे तक पहुँच गए भी जिते सुन अवस्था उत्थे फिर आना देना पर फिर भी जान दे जान ही रहे इस करके संत संग अंतर प्रभु भाई संत संग अगला असी पन्ने का शब्द लेने हाँ वो है पन्ना 1 2 6 8 छेवां शब्द
1268 पन्ने दे उत्ते असी जिथे हाईलाइट कीती असी ओ लाइन अपनी जड़ी लड़ी दी है ओ चकांगे। पेटे संत सहाय, पेटे संत सहाय, हुण कोई बाहरला संत कह दोगे पेटण दा लफ्ज आ रहा होई, पेटे संत सहाय। कदे असीं रौला पा रहे हैं, सिखो शब्द संभो, शब्द संभाल सिखा तेरा लुट लिया माल। इसे बाणी दे जोर ना दे तारी सारे जिन्ने है सब कुछ बनी फिर दे नहीं इसे कर साड़ी। इसे करके सिखा ना अपने शब्द नहीं सांभे दुनिया ना उन्हें तू फायदा लैके और सारा ओह कुछ कर रहे ने साड़िया ने शब्द छड़ के होर ही कुछ को, को, को बना ले खालसे चढ़े फिर दे। साढ़े पिंड कहावत सी भी मज बेची मज बेच के घोड़ी लई दुध पीणो गया लिद सुटनी पई ਹੋਰ ਸਿੰਘ ਸਾਡੀ ਸਿੱਖੀ ਹੈ ਸਭ ਤੋਂ ਉੱਚੀ ਹੈ ਮਾਰਸ਼ਲ ਰੇਸ ਹੈ ਜੀ ਫਲਾ ਉਹ ਭਾਈ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਲਿੱਦ ਸੁੱਟਣੀ ਪਈ ਉਹ ਤੁਹਾਨੂੰ ਫਾਇਦਾ ਕੀ ਹੋਇਆ ਦੁੱਧ ਪੀਓ ਵੀ ਤੁਸੀਂ ਆਪਣਾ ਸ਼ਬਦ ਸੰਭੋ ਉਹ ਚੀਜ਼ ਨੂੰ ਕਰੋ ਤੁਸੀਂ ਆਪਣੇ ਤੁਹਾਡਾ ਸ਼ਬਦ ਹੀ ਸਭ ਤੋਂ ਜ਼ਿਆਦਾ ਪਿੰਡਾਂ 'ਚ ਰਾਧਾ ਸਵਾਮੀ ਬਣ ਰਹੇ ਕਿਉਂ ਨਾ ਬਣਨ ਉਹ ਮਾਸ ਅਤੇ ਸ਼ਰਾਬ ਛਡਾਉਂਦੇ ਆ ਉਹ ਕੁਛ ਭਲਾ ਕਰ ਰਹੇ ਨੇ ਨਾਮ ਜਪਾਉਂਦੇ ਆ ਉਹਨਾਂ ਦੇ ਸਿੱਖ 12 ਵਜੇ ਤੋਂ ਬਾਅਦ ਕੋਈ ਰਾਧਾ ਸਵਾਮੀ ਸੌਂਦਾ ਨਹੀਂ ਹੈ ਹੁਕਮ ਆ ਉਹਨਾਂ ਦੇ ਗੁਰੂ ਦਾ ਵੀ ਨਾਮ ਦੀ ਕਮਾਈ ਕਰ ਫਿਰ ਬਿਚਕ ਸੌਂ ਜੀ ਪਰਮੇਸ਼ਰ ਦਾ ਨਾਮ ਜਪਦੇ ਆ ਸਾਰਿਆਂ 'ਚ ਸਾਡੀ ਸਿੱਖੀ 'ਚ ਕੀ ਹੋ ਰਿਹਾ ਹੈ ਉਹ ਉਹ ਗੱਲ ਹੋ ਰਹੀ ਹੈ ਵੀ ਦੁੱਧ ਨਹੀਂ ਪੀਣਾ ਅਤੇ ਲਿੱਤ ਸੁੱਟਣੀ ਉਹ ਤੁਸੀਂ ਜਿਹੜੀ ਜਿਹੜੀ ਚੀਜ਼ ਕਰਨ ਵਾਲੀ ਹੈ ਦਮ ਗਾਜੇ ਮਾਰ ਰਹੇ ਹੋ ਵੀ ਅਸੀਂ ਖਾਲਸੇ ਜੀ ਰਾਹ ਖਾਲਸਾ ਤਾਂ ਗਰੀਬੀ ਦਾ ਲਫਜ਼ ਹੈ ਇਸ ਕਰਕੇ ਅਸੀਂ ਨਖੇਰੀ ਆ ਰਹੇ ਹਾਂ ਵੀ ਇੱਕੋ ਵਾਰੀ ਖਾਲਸਾ ਸਾਰੀ ਬਾਣੀ 'ਚ ਆਇਆ ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਮਾਂ ਭਗਤ ਜਨ ਜਾਨੀ ਇਸ ਕਰਕੇ ਐਸੀਆਂ ਚੀਜ਼ਾਂ ਅਸੀਂ ਦਮਗਜੇ ਮਾਰਨੇ ਛੱਡ ਗਏ ਔਰ ਆਪਣਾ ਸ਼ਬਦ ਸੰਭਾਲ ਕੇ ਇਹਨਾਂ ਦੀ ਲੋੜ ਲੈ ਕੇ ਅਤੇ ਅਸੀਂ ਇਹੋ ਜਿਹੇ ਸੰਤ ਬਾਹਰਲੇ ਨਾ ਭੇਟ ਗਏ ਅਤੇ ਇਸ ਦੀ ਸਹਾਇਤਾ ਲਈਏ ਉਹ ਸਤਿਗੁਰੂ ਸੰਤ ਦੀ ਭੇਟੇ ਸੰਤ ਸਹਾਈ ਭੇਟੇ ਸੰਤ ਸਹਾਈ ਉਦੋਤ ਭਇਓ ਪੂਰਨ ਭਾਵੀ ਕੋ ਉਦੋਤ ਭਇਓ ਮੇਰੇ ਚੰਗੇ ਕਰਮ ਹੋ ਗਏ ਪਾ ਗਿਆ ਮੈਂ ਰੱਬ ਨੇ ਕਿਤੇ ਚੰਗੀ ਭਾਵਨਾ ਕਰਕੇ ਮੈਨੂੰ ਕੀ ਹੋਇਆ ਭੇਟੇ ਸੰਤ ਸਹਾਰੀ ਮੇਰੇ ਹੱਥ 'ਚ ਮੱਝ ਆ ਗਈ ਮੈਂ ਘੋੜੀ ਨੂੰ ਆਓ ਮਾਰਿਆ ਪਰੇ ਕਰਕੇ ਭੇਟੇ ਸੰਤ ਸਹਾਰੀ ਭੇਟੇ ਸੰਤ ਸਹਾਰੀ ਉਹ ਦੌਤ ਪਏ ਪੂਰਨ ਭਾਵੀ ਅਦੋਤ ਪੂਰਨ ਭਾਵੀ ਉਹ ਪੂਰ ਉਹ ਕੀ ਹੋ ਗਿਆ ਮੈਨੂੰ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਤੇ ਜਿਹੜੇ ਦੂਸਰੇ ਬੰਨੇ ਦੇ ਸਿੱਖ ਹੈ ਮਾਰ ਜੀ ਹਾਂ ਸਿੱਖਾਂ ਸੀ ਸਾਰੀ ਉਹ ਇੱਕ ਪਲ ਨਹੀਂ ਯਾਦ ਕਰਦੇ ਇੱਥੇ ਮਹਾਰਾਜ ਕਹਿੰਦੇ ਇੱਕ ਪਲ ਬਿਸਰ ਨਹੀਂ ਸੁਖ ਸਾਗਰ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਤ ਪਾਈ ਏ ਨਾਮ ਨਵੈ ਨਿਤ ਪਾਈ ਐਸੀ ਟਿਊਨ ਢਾਲਣੀ ਚਾਹੀਦੀ ਹੈ ਜਿਹਦੇ 'ਚ ਸਪਸ਼ਟ ਹੋ ਜਾਵੇ ਸਾਰਾ ਲਫਕਾ ਆਰਾਮ ਰਸ ਕੇ ਗਾਓ ਕਿਉਂਕਿ ਇਹ ਐਸੀ ਚੀਜ਼ ਹੈ ਜਿੰਨਾ ਪਿਆਰ ਦੇ ਨਾਲ ਉਨਾ ਹੀ ਤੁਹਾਡਾ ਪ੍ਰੇਮਾ ਭਗਤੀ ਵਧੇਗੀ ਵੀ ਹੈ ਮਹਾਰਾਜ ਤੂੰ ਧੰਨ ਹੈ ਭੇਟੇ ਸੰਤ ਸਹਾਰੀ ਭੇਟੇ ਸੰਤ ਸਹਾਰੀ ਕਹੋ
ਜਦੋਂ ਜਦੋਂ ਇੱਕ ਪਲ ਨਾ ਵਿਸਰਿਆ ਇੰਨੀ ਕਮਾਈ ਹੋ ਗਈ। ਜਿਹੜਾ ਸ਼ਬਦ ਲਿਖੇ ਹੈ ਜਿੱਦਾਂ ਜਿੱਦਾਂ ਲਾਈਨਾਂ ਹਮੇਸ਼ਾ ਹੀ ਅਸੀਂ ਇਹ ਪੌੜੀ ਬਣਾ ਲਈਏ ਉੱਦਾਂ ਉੱਦਾਂ ਸਾਡੇ ਅੰਦਰਲੀ ਹਾਲਤ ਹੋਣੀ ਹੈ। ਇਹ ਨਹੀਂ ਕਿ ਸਿੱਧੇ ਹੀ ਪਿੱਛੇ ਸਾਡੇ ਸੰਤ ਨਾਲ ਸਹਾਈ ਕਰ ਦੇਣੀ ਆ ਪਹਿਲਾਂ ਹੀ ਉਹ ਸਹਿਜ ਨਾ ਆਉਣਾ, ਪਹਿਲਾਂ ਉਹਨੇ ਕਮਾਈ ਕਰਾਉਣੀ ਹੈ। ਕਿਹੜੀ ਇੱਕ ਪਲ ਬਿਸਰਤ ਨਹੀਂ ਸੁਖ ਸਾਗਰ, ਇੱਕ ਪਲ ਬਿਸਰਤ ਨਹੀਂ ਸੁਖ ਸਾਗਰ। ਪਹਿਲਾਂ ਅੰਦਰ ਨਾਮ ਆਏਗਾ, ਨਾਮ ਨਵੇਂ ਨਿਤ ਪਾਈ, ਇਹ ਨਾਮ ਨਵੇਂ ਨਿਤ ਪਾਈ। ਅਧੋਠ ਭਇਓ ਪੂਰਨ ਭਾਵੀ ਕੋ, ਅਧੋਠ ਭਇਓ ਪੂਰਨ ਭਾਵੀ ਕੋ। ਭਾਈ ਅਸੀਂ ਸੱਚ ਦੱਸ ਦਈਏ ਵੀ ਬਹੁਤ ਸਾਰੇ ਲਫ਼ਜ਼ਾਂ ਦਾ ਮੈਨੂੰ ਵੀ ਨਹੀਂ ਪਤਾ, ਘੇਸ ਕਾਜੀ ਮਾਰ ਕੇ ਗਾਂਹ ਨਿਕਲ ਜਾਂਦੇ ਹਾਂ। ਆਪ ਮਿਹਨਤ ਕਰੋ ਕਿਤੇ ਲੱਭੋ ਅਧੋਠ ਭਈ ਪੂਰਨ ਭਾਵੀ ਕੋ, ਇਹ ਕੀ ਮਤਲਬ ਹੈ ਇਹ ਗਾਹ ਜਾ ਕੇ ਤੁਸੀਂ ਦੱਸ ਲਿਓ। ਅਸੀਂ ਪੜ੍ਹਨਾ ਜ਼ਰੂਰ ਹੈ ਲੇਕਿਨ ਹਾਲੇ ਸਾਨੂੰ ਪਤਾ ਨਹੀਂ ਹੈ। ਅਧੋਤ ਭਇਓ ਪੂਰਨ ਭਾਵੀ ਕੋ, ਅਧੋਤ ਭਇਓ ਪੂਰਨ ਭਾਵੀ ਕੋ, ਭੇਟੇ ਸੰਤ ਸਹਾਰੀ। ਆ ਤਾਂ ਨਾਲ ਲਈਆ ਵੀ ਇੰਨੀ ਕਿਤੇ ਚੀਜ਼ ਜ਼ਰੂਰ ਕਲੀਅਰ ਹੋ ਗਈ ਹੈ ਨਾ ਵੀ ਕਿਹੜਾ ਸੰਤ ਭੇਟਣਾ ਹੈ। ਭੇਟੇ ਸੰਤ ਆ ਜਾਣੀ, ਹੁਣ ਲਿਵ ਦੀ ਅਵਸਥਾ ਆ ਜਾਣੀ ਹੈ। ਪਹਿਲਾਂ ਕੀ ਹੋਇਆ, ਸੁਖ ਉਪਜੇ ਦੁੱਖ ਸਗਲ ਬਿਨਾਸੇ, ਸੁਖ ਉਪਜੇ ਦੁੱਖ ਸਗਲ ਬਿਨਾਸੇ, ਪਾਰ ਬ੍ਰਹਮ ਲੇਵ ਲਾਰੀ, ਪਾਰ ਬ੍ਰਹਮ ਲੇਵ ਲਾਰੀ। ਤਰਿਓ ਸੰਸਾਰ ਕਠਨ ਭੈ ਸਾਗਰ, ਤਰਿਓ ਸੰਸਾਰ ਕਠਨ ਭੈ ਸਾਗਰ, ਹਰ ਨਾਨਕ ਚਰਨ ਪਿਆਰੀ। ਠਹਿਰੋ ਭਾਈ, ਚਰਨ ਤੇ ਘੁੱਟਣ ਵਾਲੇ ਹੁੰਦੇ ਆ, ਚਰਨਾਂ ਤੇ ਮੱਥਾ ਟੇਕੀਦਾ, ਚਰਨਾਂ ਨੂੰ ਧਿਆਈਏ ਕਿੱਦਾਂ? ਆਹੋ ਹੀ ਹੈ ਸਾਰੀ ਬਾਣੀ ਦੀ ਗੁੰਜਲ। ਉਹ ਚਰਨ ਫਿਜ਼ੀਕਲ ਨੇ ਬਾਹਰਲੇ ਸੰਤ ਦੇ, ਸਾਡੇ ਜਿਹੜੇ ਸੰਤ ਦੀ ਜਾਂ ਰੱਬ ਦੇ ਚਰਨ ਆ ਉਹ ਸ਼ਬਦ ਹੈ, ਇਸ ਕਰਕੇ ਉਹ ਧਿਆਏ ਜਾ ਸਕਦੇ ਆ। ਦੂਸਰੇ ਚਰਨਾਂ ਨੂੰ ਅੰਦਰ ਵਾੜ ਕੇ ਅੰਦਰ ਪਾੜਨਾ ਸੀ, ਉਹ ਚਰਨ ਅੰਦਰ ਆਉਣੇ ਵਰ ਸਕਦੇ ਹੀ ਨਹੀਂ, ਉਹਨਾਂ ਦਾ ਧਿਆਨ ਕੀ ਰੱਖਣਾ ਜਿਹੜੇ ਚਰਨ ਅੰਦਰ ਆ ਸਕਦੇ ਨਹੀਂ। ਇਹ ਸ਼ਬਦ ਰੂਪੀ ਚਰਨ ਹੈ, ਹਿਰਦੇ ਚਰਨ ਇਹੋ ਮੱਲ ਲਿਖਦਾ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਜਨ ਨਾਨਕ ਬਾਂਧੇ ਉਪਾਲ, ਔਰ ਸ਼ਬਦ ਵੀ ਉਹ ਸਤਿਗੁਰ ਦਾ ਹੀ ਹੈ। ਇਸ ਕਰਕੇ ਹਿਰਦੇ ਚਰਨ ਸ਼ਬਦ ਚਰਨ ਜਿਹੜੇ ਸਾਡੇ ਆ ਇਹ ਰੈਲੇਟਿਵ ਲਫ਼ਜ਼ ਹੈ। ਹਿੰਦੂਆਂ ਦੇ ਅੱਜ ਵੀ ਸਾਰੇ, ਬਾਕੀ ਆ ਸੰਤਾਂ ਦੇ ਵੀ ਸਾਰੇ ਅੱਜ ਕੱਲ੍ਹ ਉਹ ਚਰਨਾਂ ਨੂੰ ਪੈਂਦੇ ਆ ਸਾਰੇ, ਚਰਨਾਂ ਚਰਨਾਂ 'ਤੇ ਮੱਥਾ ਟੇਕਣਾ, ਚਰਨਾਂ ਨੂੰ ਧੋਣਾ ਤਿਲ ਮਿੱਚੀ ਲੈ ਕੇ, ਫਿਰ ਸਾਰੀ ਆ ਫਿਰ ਚਰਨ ਧੋਏ ਉਹਨੂੰ ਕਈ ਪੀਂਦੇ ਆ ਸਾਰੇ। ਸਾਡਾ ਚਰਨ ਧੋਏ ਪੀਵਣਾ ਜਿੱਥੇ ਲਫ਼ਜ਼ ਆਉਂਦਾ ਉੱਥੇ ਆ ਜੀਵਨਾ ਜੀਵਨਾ ਹਰ ਜਪ ਜਪ ਸਤ ਜੀਵਨਾ ਰਾਓ ਦੀ ਤੁਕ, ਸਾਡਾ ਸਭ ਕੰਮ ਜਪ ਕਰਦਾ ਹੈ, ਚਰਨਾਂ ਦਾ ਧੋਣਾ ਪੀਣਾ ਸਾਰਾ ਸ਼ਬਦ ਪੜੋ ਕਦੇ ਧਿਆਨ ਨਾਲ, ਅਸੀਂ ਹੌਲੀ ਹੌਲੀ ਸਾਰੇ ਲਿਆਵਾਂਗੇ ਇਸੇ ਕਰਕੇ ਵੀ ਚਰਨਾਂ ਦਾ ਧੋਖਾ ਨਹੀਂ ਖਾਣਾ, ਚਰਨ ਜਿੱਥੇ ਵੀ ਆ ਜਾਣ ਉਹ ਧਿਆਉਣ ਵਾਲੇ ਚਰਨ ਹੈ। ਇਸ ਕਰਕੇ ਤਰਿਓ ਸਾਗ ਕਠਨ ਭੈ ਸਾਗ, ਤਰਿਓ ਸੰਸਾਰ ਕਠਨ ਭੈ ਸਾਗ। ਔਰ ਫਿਰ ਰੱਬ ਦੇ ਔਰ ਨਾਨਕ ਛਾਪ ਹੈ ਇੱਥੇ, ਹਰ ਨਾਨਕ ਨਹੀਂ ਹੈ, ਹਰ ਨਾਨਕ ਚਰਨ ਪਿਆਰੀ, ਰੱਬ ਦੇ ਚਰਨ ਨਾਨਕ ਦੇ ਚਰਨ ਹੀ ਹੈ। ਕਹਿੰਦੇ ਜੀ ਹਰ ਨਾਨਕ ਚਰਨ ਦੇਖੋ ਤਾਂ ਧਿਆਉਣੀ ਹੈ, ਉਹ ਭਾਈ ਧਿਆਉਣੇ ਉਹ ਨਹੀਂ ਹੈ ਵੀ ਚਰਨਾਂ ਦੀ ਤੁਸੀਂ ਧਿਆਨ ਧਰ ਕੇ ਪਾ, ਨਹੀਂ ਗੁਰੂ ਬਾਬਾ ਨਾਨਕ ਕਦੀ ਇੱਥੇ ਛਾਪ ਹੈ ਔਰ ਤੇ ਗੂਠਾ ਰੱਖ ਲਓ, ਹਰ ਚਰਨ 'ਤੇ ਆਈ ਸਿੱਧਾ ਹੀ, ਹਰ ਨਾਨਕ ਚਰਨ ਪਿਆਰੀ, ਹਰ ਨਾਨਕ ਚਰਨ ਪਿਆਰੀ। ਕਦੋਂ ਇਹ ਭੇਟੇ ਗੁਰੂ ਅਰਜਨ
ਦਿਨ ਪਾਤਸ਼ਾਹ ਸਰਟੀਫਾਈ ਕਰਨ ਲੱਗੇ ਹਾਂ ਵੀ ਮੇਰੀ ਗਤੀ ਕਿਹਦੇ ਨਾਲ ਹੋਈ ਹੈ। ਇਸ ਕਰਕੇ ਅਸੀਂ ਅਗਲਾ ਸ਼ਬਦ ਪੰਨਾ 190 190 ਪੰਨੇ ਦੇ ਉੱਤੇ ਗੌੜੀ ਮੱਲਾ ਪੰਜਵਾਂ ਚੱਕਣ ਲੱਗੇ ਹਾਂ ਔਰ ਜਿਹੜੀ ਆਖੀਰ ਦੇ ਉੱਤੇ ਜਿੱਥੇ ਤੋੜਾ ਦਿੱਤਾ ਸ਼ਬਦ ਦਾ ਉਹ ਅਸੀਂ ਲਾਈਨ ਚੱਕਾਂਗੇ। ਰਾਈਟਰ ਜਿਹੜਾ ਮਹੱਲੇ ਪੰਜਵੇਂ ਦਾ ਲਿਖ ਰਿਹਾ ਹੈ ਜਿਸ ਭੇਟਤ ਗੱਤੇ ਪਈ ਗੱਤ ਦੀ ਤੱਤੀ ਦੀ ਸਿਆਰੀ ਬਣਾਉਣੀ ਗੱਤ ਪਈ ਨਹੀਂ ਹੈ ਗੱਤੇ ਕਹੋਗੇ ਤਾਂ ਇਸ ਰਾਗ ਚ ਫਿੱਟ ਬੈਠੇਗਾ। ਜਿਸ ਭੇਟਤ ਗੱਤੇ ਪਈ ਕਿਹਨੂੰ ਭੇਟਿਆ ਸੰਤ ਸਾਧ ਨੂੰ ਨਹੀਂ ਕਹੋ ਨਾਨਕ ਤਿਸ ਗੋਰੇ ਬਲਹਾਰੀ ਕਿਤੇ ਗੁਰ ਲਿਖ ਦਿੱਤਾ ਸਤਿਗੁਰ ਲਿਖ ਦਿੱਤਾ ਸਾਧ ਲਿਖ ਦਿੱਤਾ ਸੰਤ ਲਿਖ ਦਿੱਤਾ ਇਹੋ ਹੀ ਸਾਰੀ ਇਸ ਕੌਮ 'ਚ ਪ੍ਰੋਬਲਮ ਹੈ। ਅਸੀਂ ਉਹ ਲਫ਼ਜ਼ ਸਾਫ਼ ਕਰ ਰਹੇ ਹਾਂ ਵੀ ਕਈ ਲਫ਼ਜ਼ ਇੱਕ ਥਾਂ ਇੱਕ ਇੱਕ ਲਾਈਨਾਂ ਦੇ ਵਿੱਚ ਤਿੰਨ ਤਿੰਨ ਵਾਰੀ ਲਫ਼ਜ਼ ਆ ਜਾਣਗੇ ਸਤਿਗੁਰੂ ਵੀ ਸਾਧ ਵੀ ਸੰਤ ਵੀ ਉਹ ਤਿੰਨ ਚੀਜ਼ਾਂ ਨਹੀਂ ਆ। ਪੇਟਣਾ ਵੀ ਕਈਆਂ ਦਾ ਹੈ ਲੇਕਿਨ ਇੱਕੋ ਚੀਜ਼ ਦਾ ਪੇਟਣਾ ਹੈ ਜਿਹਦੇ 'ਚ ਸਾਫ਼ ਲਿਖ ਦਿੱਤਾ ਕਹੋ ਨਾਨਕ ਦਸ ਗੁਰ ਬਲਹਾਰੀ ਉੱਧਰ ਤਾਂ ਅਸੀਂ ਗੁਰ ਨੂੰ ਪੇਟਦੇ ਹਾਂ ਫਿਰ ਸੰਤ ਵਿੱਚ ਦੂਸਰਾ ਜਿਹੜਾ ਦੇਹ ਉਹਨੂੰ ਪੇਟ ਇਸੇ ਕਰਕੇ ਸਾਰੀ ਹੈ ਰੈਲੇਟਿਵ ਗਿਆਨ ਹੈ ਉਹਨਾਂ ਨੂੰ ਦੱਸਣ ਲਈ ਜਿਹੜੇ ਦੇਹਾਂ 'ਚ ਸੰਤ ਮੰਨਦੇ ਆ ਕਹੋ ਨਾਲ ਕਿਹੜੇ ਗੁਰ ਤੂੰ ਜਿਸ ਭੇਟਤ ਔਂਕੜ ਦਾ ਫੰਕਸ਼ਨ ਇੱਕ ਹੋਰ ਆ ਗਿਆ ਜਿਸ ਸੱਸੇ ਨੂੰ ਔਂਕੜ ਦੇ ਗਏ ਭਾਈ ਖਾਸ ਜਿਸ ਭੇਟ ਜਿਸ ਜਿਸ ਭੇਟ ਜਿਸ ਜਿਸ ਭੇਟਤ ਗੱਤੇ ਪਈ ਹਮਾਰੀ ਕਹੋ ਨਾਨਕ ਜਿਸ ਗੁਰ ਬਲ ਕੱਖ ਵੀ ਕਰਨਾ ਦੇਖੋ ਸ਼ਬਦ ਕਿੱਥੋਂ ਸ਼ੁਰੂ ਹੁੰਦਾ ਏ ਕਲ ਕਲੇਸ਼ ਗੁਰ ਸ਼ਬਦ ਨਿਵਾਰ ਕਲ ਕਲੇਸ਼ ਗੁਰ ਸ਼ਬਦ ਨਿਵਾਰ ਗੁਰ ਸ਼ਬਦ ਨਿਵਾਰੇ ਨਹੀਂ ਪੜਨਾ ਦੱਦੇ ਦੀ ਸਿਆਰੀ ਬੁਲਾਉਣੀ ਪੈਣੀ ਹੈ ਕਲ ਕਲੇਸ਼ ਗੁਰ ਸ਼ਬਦ ਸ਼ਬਦ ਕੀ ਹੈ ਐਡਾ ਕਲਪ ਐਡੀ ਮਿਹਰ ਕੀਤੀ ਹੈ ਗੁਰੂ ਬਾਬੇ ਨਾਨਕ ਨਾਲ ਵੀ ਜਿਸ ਨਾਲ ਸਾਰੇ ਕਲ ਕਲੇਸ਼ ਸਾਰੇ ਮਿਟਣੇ ਹੈ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਬੈਠਕ 'ਚ ਇਹਦਾ ਪੂਰਾ ਗਿਆਨ ਲਾਂਗੇ। ਪਰ ਕਿਹੜੇ ਸ਼ਬਦ ਨਾਲ ਦੋ ਕਿਸਮ ਦੇ ਸ਼ਬਦ ਹੈ ਗਿਆਨ ਦਾ ਇੱਕ ਇੱਕ ਸ਼ਬਦ ਹੈ ਜਪਣ ਵਾਲਾ ਉਹਦੇ ਵੱਲ ਇਸ਼ਾਰਾ ਇੱਕ ਆ ਗਿਆ